ਮੇਨੇ ਸ਼ੈਤਾਨਾ ਜੀ ਬਿਸਮਿਲਲਾਹਿ ਰਹਿਮਾਨ ਰਹੀਮ ਮੋਜ਼ਾ ਨਾਜ਼ਰੀਨ ਅਸਲਾਮੁਅਲੈਕੁਮ ਰਹਿਮਤੁਲਾਹੀ ਵਬਰਕਾਤੋ ਮੋਜ਼ਾ ਨਾਜ਼ਰੀਨ ਅੱਜ ਦੀ ਵੀਡੀਓ ਦੇ ਅੰਦਰ ਅਸੀਂ ਗੱਲ ਕਰਾਂਗੇ ਟਾਪ ਬੋਰਰ ਦੇ ਹਵਾਲੇ ਨਾਲ ਕਿ ਟਾਪ ਬੋਰਰ ਦਾ ਕਿਸ ਵਕਤ ਅਟੈਕ ਹੁੰਦਾ ਹੈ ਔਰ ਇਸ ਦਾ ਕੀਮਿਆਈ ਤਦਾਰਕ ਕੀ ਹੈ ਜਿਹੜੇ ਦੋਸਤ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਅਨ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ 'ਤੇ ਮਿਲ ਸਕੇ ਔਰ ਸਾਡੀ ਦਿੱਤੀ ਮਾਲੂਮਾਤੋਂ ਤੁਸੀਂ ਫਾਇਦਾ ਉਠਾਣਾ ਆਪਣੀ ਫਸਲ ਦੀ ਅੱਛੀ ਦੇਖਭਾਲ ਕਰਕੇ ਉੱਥੋਂ ਜ਼ਿਆਦਾ ਪੈਦਾਵਾਰ ਹਸਲ ਕਰ ਸਕੋ ਤਾਂ ਦੋਸ ਰਾਈਸ ਦੇ ਪਲਾਟ ਦੇ ਉੱਤੇ ਦਾਣ ਦੇ ਪਲਾਟ ਦੇ ਉੱਤੇ ਮੌਜੂਦ ਆ ਔਰ ਇਸ ਦੇ ਅੰਦਰ ਟਾਬਰ ਬੋਰਰ ਦਾ ਇਸ ਵਕਤ ਵਿੱਚ ਮਸਲਾ ਬਣਿਆ ਹੋਇਆ ਹੈ। ਤੋਂ ਇਹਦੇ ਅੰਦਰ ਸਭ ਤੋਂ ਪਹਿਲੇ ਤਾਂ ਅਸੀਂ ਤੁਹਾਨੂੰ ਟਾਬਰ ਬੋਰਰ ਦਿਖਾਵਾਂਗੇ ਕਿ ਸਾਨੂੰ ਟਾਬਰ ਜੋ ਇਸ ਵਕਤ ਅਟੈਕ ਕਰਦਾ ਹੈ ਉਸ ਤੋਂ ਬਾਅਦ ਕੀ ਾਲਾਮਤ ਮਿਲਦੀਆਂ ਨੇ। ਦੋਸਤੋ ਇਹ ਸਾਡੇ ਸਾਹਮਣੇ ਮੁੰਜੀ ਦਾ ਜਿਹੜਾ ਪੌਦਾ ਨਿਸਰਿਆ ਹੈ ਔਰ ਇਹਨੇ ਮੁੰਜਰ ਕੱਢੇ ਨੇ। ਠੀਕ ਹੈ। ਇਹ ਮੁੰਜਰ ਅਸੀਂ ਕੱਢ ਲੈਨੇ ਆ। ਇਹ ਮੁੰਜਰ ਦੇਖੋ ਵਾਈਟ ਹੋ ਚੁੱਕੀ ਹੈ। ਔਰ ਸਾਡਾ ਜ਼ਿੰਮੇਦਾਰ ਹੈ ਇਸ ਚੀਜ਼ ਤੋਂ ਬੜਾ ਪਰੇਸ਼ਾਨ ਹੁੰਦਾ ਹੈ ਜਿਸ ਵਕਤ ਇਹਨੂੰ ਵਾਈਟ ਮੁੰਜਰ ਨਜ਼ਰ ਆਉਂਦੇ ਨੇ ਜ਼ਿੰਮੇਦਾਰ ਇਸ ਚੀਜ਼ ਨੂੰ ਬਣਾਦਾ ਹੈ ਕਿ ਅਸੀਂ ਦਾਣੇਦਾਰ ਲਗਾਈ ਸੀ ਦਾਣੇਦਾਰ ਨਾਕਸ ਹੋਣ ਦੀ ਵਜ੍ਹਾ ਤੋਂ ਇਹ ਰਿਜ਼ਲਟ ਸਾਡੇ ਸਾਹਮਣੇ ਆਏ ਨੇ ਲੇਕਿਨ ਨਹੀਂ ਸਾਡੇ ਜ਼ਿੰਮੇਦਾਰ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਅਗਰ ਤਾਂ ਮਸਲਾ ਬਣ ਜਾਵੇ ਤਨੇ ਦੇ ਅੰਦਰ ਠੀਕ ਹੈ ਪੂਰਾ ਬੂਟਾ ਜਿਹੜਾ ਯਾਨੀ ਪੂਰਾ ਪੌਦਾ ਜਿਹੜਾ ਖੁਸ਼ਕ ਹੋਣਾ ਸ਼ੁਰੂ ਹੋ ਜਾਵੇ ਜਾਂ ਇੱਕ ਡਿਟੇਲਰ ਵਿੱਚ ਖੁਸ਼ਕ ਹੋ ਜਾਵੇ ਸਟਾਰਟ ਦੇ ਅੰਦਰ ਹੀ ਤੇ ਫਿਰ ਸਾਨੂੰ ਮਸਲਾ ਹੋਵੇਗਾ ਤਨੇ ਦਾ ਤਨੇ ਦੀ ਸੁੰਡੀ ਦਾ ਤਨੇ ਦੇ ਬੋਰਰ ਦਾ ਲੇਕਿਨ ਜੇ ਅਗਰ ਨਿਸਰਨ ਤੋਂ ਬਾਅਦ ਇਹ ਚੀਜ਼ ਨਜ਼ਰ ਆਵੇ ਤੇ ਫਿਰ ਤਨੇ ਦਾ ਮਸਲਾ ਨਹੀਂ ਹੈਗਾ ਇਹਨੂੰ ਕਹਾਂਦੇ ਟਾਪ ਬੋਰਰ ਇਹ ਇਹ ਜਿਹੜੀ ਮੁੰਜਰ ਵਾਲੀ ਨਾੜੀ ਹੁੰਦੀ ਹੈ ਉਸ ਦੇ ਅੰਦਰ ਕਿਹੜਾ ਜਿਹੜਾ ਦਾਖਲ ਹੋ ਜਾਂਦਾ ਬੋਰਰ ਦਾਖਲ ਹੁੰਦਾ ਔਰ ਉਹਦਾ ਮੁਕੰਮਲ ਜਿਹੜਾ ਮਵਾਦ ਉਹ ਵਿੱਚੋਂ ਖਾ ਜਾਂਦਾ ਜਿੰਨੇ ਨਾਲ ਕੀ ਹੁੰਦਾ ਹੈ ਕਿ ਮੁੰਜਰ ਨਿਕਲਣ ਤੋਂ ਬਾਅਦ ਆਪਣਾ ਵजूद ਖਤਮ ਕਰਨਾ ਸ਼ੁਰੂ ਕਰ ਦਿੰਦੀ ਔਰ ਅਸੀਂ ਦੋਸਤਾਂ ਨੂੰ ਦਿਖਾ ਵੀ ਦਈਏ ਇਸ ਦੇ ਅੰਦਰ ਇਸ ਵਕਤ ਵਿੱਚ ਬੋਰਰ ਮੌਜੂਦ ਹੈ ਇਹ ਦੇਖੋ ਦੋਸਤੋ ਇਸ ਜਗ੍ਹਾ ਦੇ ਉੱਤੇ ਬੋਰਰ ਨੇ ਅਟੈਕ ਕੀਤਾ ਠੀਕ ਹੈ ਆ ਅਜੇ ਤੱਕ ਇਹ ਦੇਖੋ ਇਹ ਗੰਡ ਖੜੀ ਠੀਕ ਹੈ ਇਸ ਜਗ੍ਹਾ ਤੋਂ ਨੇ ਐਂਟਰੀ ਲਈ ਹੈ ਲੈ ਕੇ ਜਨਾਬ ਅੰਦਰ ਦਾਖਲ ਹੋਇਆ ਹੈ ਔਰ ਅਸੀਂ ਤੁਹਾਨੂੰ ਬੋਰਰ ਵੀ ਦਿਖਾਈਏ ਕਿ ਜਨਾਬ ਇਸ ਬੋਰਰ ਦੀ ਵਜ੍ਹਾ ਤੋਂ ਜ਼ਿੰਮੇਦਾਰ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਔਰ ਉਹ ਵਿਚਾਰਾ ਇਸ ਵਜ੍ਹਾ ਤੋਂ ਹੀ ਪਰੇਸ਼ਾਨ ਰਹਿੰਦਾ ਹੈ ਕਿ ਸਾਰਾ ਜਿਹੜੀ ਸੁੰਡੀ ਦੀ ਨਜ਼ਰ ਹੋ ਗਈ ਮੇਰੀ ਫਸਲ ਐ ਦੋਸਤੋ ਚੈੱਕ ਕਰੋ ਐ ਬੋਰਰ ਦੀ ਸੁੰਡੀ ਜੇ ਔਰ ਇਹ ਨਿਕਲੀ ਹੈ ਜਨਾਬ ਇਸ ਮੁੰਜਰ ਦੀ ਇਸ 나ੜ ਦੇ ਅੰਦਰੋਂ ਠੀਕ ਹੈ ਔਰ ਇਹ ਅਟੈਕ ਇਸ ਵਕਤ ਇਹ ਕਰਦੀ ਹੈ ਜੇ ਇਸ ਵਕਤ ਚ ਪੌਦਾ ਮੁੰਜਰ ਲੈਣਾ ਸ਼ੁਰੂ ਕਰਦਾ ਯਾਨੀ ਕਿ ਗੋਭ ਤੋਂ ਬਾਅਦ ਮੁੰਜਰ ਆਂਦੀ ਹੈ ਉਸ ਵਕਤ ਦੇ ਵਿੱਚ ਪੌਦਾ ਤਕਰੀਬਨ 70 ਤੋਂ 75 ਦਿਨ ਤੇ ਪਹੁੰਚ ਚੁੱਕਿਆ ਹੁੰਦਾ ਅਗਰ ਫਸਲ ਤੁਹਾਡੀ 100 ਦਿੰਦੀ ਹੈ ਤਾਂ ਅਗਰ 120 ਦਿੰਦੀ ਹੈ ਤੇ 80 ਤੋਂ 85 ਦਿਨਾਂ ਤੇ ਮਸਲਾ ਬਣ ਜਾਏਗਾ ਤਾਂ ਦੋਸਤੋ ਇਸ ਜਗ੍ਹਾ ਤੇ ਆ ਤੇ ਅਸੀਂ ਆਪਣੀ ਫਸਲ ਦਾ ਨੁਕਸਾਨ ਨਹੀਂ ਕਰਾਂਗੇ ਬਲਕਿ ਇਸ ਦਾ ਹੱਲ ਸੋਚਾਂਗੇ ਔਰ ਉਸ ਦਾ ਬਿਹਤਰੀਨ ਹੱਲ ਕੀਮਿਆਈ ਹੱਲ ਜਿਹੜਾ ਮਾਰਕੀਟ ਦੇ ਵਿੱਚ ਮੌਜੂਦ ਹੈ ਉਹ ਕਲੋਰੇਟਰਾ ਨੀਲੀ ਪ੍ਰੋਲ ਪਲਸ ਥਾਇਓਮੈਕ 1000 ਔਰ ਫੈਪਰੋਨਿਲ ਔਰ ਇਸ ਤੋਂ ਇਲਾਵਾ ਕਲੋਰ ਪੈਰੀਫਾਸ ਔਰ ਐਮਾ ਮੈਕਟਨ ਪਲਸ ਲੈਮਡਾ ਏ ਦੋਸਤੋ ਐਸੇ ਪ੍ਰੋਡਕਟ ਨੇ ਕਿ ਜਿਹੜੇ ਸਾਨੂੰ ਇਸ ਵਕਤ ਦੇ ਵਿੱਚ ਬਿਹਤਰੀਨ ਕਾਰਗਰ ਸਾਬਤ ਹੋਣਗੇ ਔਰ ਸਾਡੀ ਫਸਲ ਦਾ ਜ਼ਿਆ ਹੋਣ ਤੋਂ ਇਹ ਸਾਨੂੰ ਬਚਾ ਸਕਦੇ ਨੇ। ਤੋਂ ਅਗਰ ਕਿਸੇ ਦੋਸਤ ਦਾ ਇੱਕ ਅੱਦਾ ਪੌਦਾ ਸਾਨੂੰ ਨਜ਼ਰ ਆ ਜਾਂਦਾ ਐ ਤਾਂ ਬਾਜ਼ੇ ਕਿਉਂਕਿ ਅਗਰ ਅਸੀਂ ਖੇਤੀ ਕਰਨੇ ਆ ਤਾਂ ਅਗਰ ਖੇਤੀ ਨਹੀਂ ਕਰਦੇ ਫਿਰ ਨਹੀਂ ਪਤਾ ਹੋਵੇਗਾ। ਅਗਰ ਤੁਹਾਨੂੰ ਇੱਕ ਅੱਦੀ ਮੁੰਜਰ ਨਜ਼ਰ ਆਵੇ ਤੇ ਫਿਰ ਫੌਰਨ ਐਪਲੀਕੇਸ਼ਨ ਕਰੋ ਉਹਦੇ ਉੱਤੇ ਤਾਂ ਕਿ ਉਹਦਾ ਅੱਛਾ ਸਾਨੂੰ ਜਿਹੜਾ ਨਾ ਰਿਜ਼ਲਟ ਮਿਲ ਸਕੇ ਅਗਰ ਖੁਦਾ ਨਾ ਖਾਸਾ ਸਾਡੀ ਇੱਕ ਐਪਲੀਕੇਸ਼ਨ ਤੋਂ ਬਾਅਦ ਉਸ ਦੇ باوجود ਮੁੰਝਰ ਬੱਗੇ ਹੋ ਰਹੇ ਨੇ ਤੇ ਫਿਰ ਫੌਰਨ ਦੂਸਰੀ ਐਪਲੀਕੇਸ਼ਨ ਦੀ ਤਰਫ ਜਾਓ ਨਾ ਕਿ ਹੁੰਦੇ ਅਸੀਂ ਇਹ ਚੀਜ਼ ਸੋਚਣਾ ਸ਼ੁਰੂ ਕਰ ਦਈਏ ਕਿ ਯਾਰ ਰਿਜ਼ਲਟ ਅੱਛੇ ਨਹੀਂ ਆਏ ਕਿਉਂਕਿ ਮੌਸਮਾ ਇਸ ਵਕਤ ਮੌਨਸੂਨ ਦਾ ਹੈ ਔਰ ਮੌਨਸੂਨ ਮੌਸਮ ਦੇ ਅੰਦਰ ਜਿਹੜਾ ਨਾ ਪਰਵਾਨਾ ਬਾਰ-ਬਾਰ ਅਟੈਕ ਕਰਦਾ ਬਾਰ-ਬਾਰ ਅੰਡੇ ਲਾਂਦਾ ਤੋ ਲਿਆਦਾ ਇਹਨੂੰ ਦੋਰੀ ਐਪਲੀਕੇਸ਼ਨ ਅਗਰ ਕਰਨੀ ਪਵੇ ਤਾਂ ਦੋਰੀ ਐਪਲੀਕੇਸ਼ਨ ਵੀ ਕੀਤੀ ਜਾ ਸਕਦੀ ਹੈ ਔਰ ਉਸ ਦਾ ਕੋਈ ਕਿਸੇ ਕਿਸਮ ਦਾ ਬੁਰਾ ਅਸਰ ਨਹੀਂ 마ਸਵਾਏ ਉਸ ਵਕਤ ਤੱਕ ਜਿਸ ਵਕਤ ਤੱਕ ਇਹ ਬੂਰ ਨਹੀਂ ਲੈ ਲੈਂਦੀ ਇਹ ਤਾਂ ਮੁਕੰਮਲ ਬੂਰ ਲੈ ਚੁੱਕੀ ਹੁੰਦੀ ਹੈ ਉਸ ਵਕਤ ਦੇ ਵਿੱਚ ਅਸੀਂ ਜਿਹੜਾ ਸੁੰਡੀ ਵਾਲੇ ਸਪਰੇ ਉਹਨਾਂ ਤੋਂ ਗਰੇਜ਼ ਕਰਾਂਗੇ ਤਾਂ ਕਿ ਉਹਦੇ ਉੱਤੇ ਕਿਸੇ ਕਿਸਮ ਦਾ ਮਸਾਇਲ ਨਾ ਆਵੇ ਤੇ ਦੋਸਤੋ ਉਮੀਦ ਕਰਨਾ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਅਸੀਂ ਇਨਸ਼ਾਅੱਲਾ ਮਿਲਨੇ ਆ ਤੁਹਾਨੂੰ ਨੈਕਸਟ ਵੀਡੀਓ 'ਚ ਤਬ ਤੱਕ ਦਿਓ ਤੁਹਾਨੂੰ ਇਜਾਜ਼ਤ ਅੱਲਾਹ ਹਾਫਿਜ਼